ਅੱਛਾ ਤੁਹਾਡੇ ਕੋਲ ਕਿਹੜਾ ਕਿਹੜਾ ਰੇਸ਼ਮ ਕੀੜਾ ਲੱਗਾ ਹੋਇਆ ਹੈ ਸਾਡੇ ਕੋਲ ਸਰ ਲੱਗਾ ਹੋਇਆ ਨੋਬਲ ਅਕਬਰ ਕਾਰਗਲ ਇਹ ਸਮ ਦੇ ਵਿੱਚ ਪੈਦਾਵਾਰ ਦੇ ਵਿੱਚ ਅੱਜ ਅਸੀਂ ਤੁਹਾਡੇ ਕੋਲ ਖਲੋਤੇ ਹਾਂ ਜੀ 7 ਮਾਰਚ ਹੋ ਗਿਆ ਹਾਂਜੀ 7 ਮਾਰਚ ਤੱਕ ਨੋਬਲ ਦੇ ਕਿੰਨੇ ਤੋੜੇ ਨਿਕਲ ਬੈਠੇ ਨੇ 7 ਮਾਰਚ ਤੱਕ ਇਹ ਅਸੀਂ 20 ਲਾਇਆ ਜੀ 16 ਤਰੀਕ ਨੂੰ ਅੱਛਾ ਜੀ ਤੇ ਇਹਦੇ ਤਕਰੀਬਨ 600 ਥੈਲਾ ਫੀ ਏਕੜ ਅਸੀਂ ਤੋੜ ਲਿਆ 600 ਥੈਲਾ ਫੀ ਏਕੜ ਦਾ ਹਾਂਜੀ ਨੋਬਲ ਦਾ ਨਿਕਲ ਨੋਬਲ ਦਾ ਮਾਸ਼ਾਅੱਲਾ ਤੇ ਬਾਕੀਆਂ ਵੈਰਾਈਟੀਆਂ ਤੋਂ ਉੱਤੇ ਜਾ ਰਹੇ ਆ ਸਾਡੇ ਰਕਬੇ ਦੇ ਵਿੱਚ ਕਾਰਗਲ ਤੇ ਅਕਬਰ ਤੋਂ ਉੱਤੇ ਜਾ ਰਹੇ ਆ ਨੋਬਲ ਕਾਰਗਲ ਤੋਂ ਉੱਤੇ ਜਾ ਰਹੇ ਹਾਂਜੀ 600 ਦੋੜਾ ਸੀ ਕਰ ਲਿਆ ਔਰ ਸ਼ੁਰੂ ਰੇਟ ਕਿਸ ਤੋਂ ਆਇਆ ਸੀ ਤੁਹਾਡਾ ਸਾਡਾ ਹੋਇਆ ਤਕਰੀਬਨ 1500 ਔਰ ਇਸ ਟਾਈਮ ਕਿੰਨਾ ਕੁ ਰੇਟ ਚੱਲ ਰਿਹਾ 800 ਰੇਟ ਵੀ ਬੜਾ ਅੱਛਾ ਹੈ ਔਰ ਪੈਦਾਵਾਰ ਵੀ ਜਿਹੜੀ 600 ਤੇ ਕਰਦੇ ਹਾਂਜੀ ਇਹ ਹੁਣ ਅਸੀਂ ਕਿਹੜੀ ਵੈਰਾਈਟੀ ਖਲੋਤੇ ਹਾਂ ਜੀ ਤੇ ਜੇ ਤੁਸੀਂ ਖਲੋਤੇ ਜੇ ਨੋਬਲ ਨੋਬਲ ਹਾਂਜੀ ਇਹਦੇ ਖੀਰੇ ਤੋਂ ਮੁਤਮਿਨ ਹੋ ਜੀ ਇਹਦਾ ਖੀਰਾ ਕਿਹੜਾ ਰਿਜ਼ਲਟ ਦੇ ਆ ਜੀ ਇਹਦਾ ਖੀਰੇ ਤੇ ਅਸੀਂ ਮੁਕੰਮਲ ਤੌਰ ਤੇ ਮੁਤਮਿਨ ਹੈ ਇਹਦੀ ਦੋ ਵਜੂਹਾਂ ਇਹ ਹਨ ਕਿ ਇੱਕ ਸੋਹਣਾ ਵੀ ਹੈ ਤੇ ਦੂਸਰਾ ਇਹਦਾ ਕਲਰ ਬੜਾ ਜ਼ਬਰਦਸਤ ਹੈ ਤੇ ਤੁਹਾਡੇ ਰਕਬੇ ਦੇ ਹਿਸਾਬ ਨਾਲ ਠੀਕ ਪਰਫਾਰਮੈਂਸ ਦਿੱਤੀ ਸਾਡੇ ਰਕਬੇ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ ਔਰ ਮਾਸ਼ਾਅੱਲਾ ਇਸ ਟਾਈਮ ਇਹ ਜੀ 6 ਫੁੱਟ ਤੋਂ ਉੱਤੇ ਜਾ ਚੁੱਕਿਆ ਤਾਂ ਹਾਂਜੀ 6 ਫੁੱਟ ਉੱਤੇ ਜਾ ਰਿਹਾ ਬਿਲਕੁਲ 7 ਫੁੱਟ ਨੂੰ ਵੇਲਾ ਪਹੁੰਚ ਗਿਆ ਤੇ ਇਹ ਤੁਹਾਡਾ ਸਾਰਾ ਬਾਂਸ ਦਾ ਸਟਰਕਚਰ ਲੱਗਾ ਜੀ ਬਾਂਸ ਦਾ ਮੇਰੇ ਕੋਲ ਤੁਸੀਂ